ਬਣਦੀ ਪਈ ਆ, ਬਣਦੀ ਪਈ ਆ, ਪਾਸੇ ਹੋਇਆ ਨੀ ਕਿ ਪਾਸੇ ਹੋਇਆ ਮਾਰਨ ਨੂੰ ਪਤਾ ਮੈਂ ਕਿਉਂ ਕਹਿੰਦਾ ਨਸ਼ੇੜੀ ਝਪਟਕਾਰ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਨਿਸ਼ਾਨਾ। ਪਹਿਲਾਂ ਬੇਰਹਿਮੀ ਨਾਲ ਘੜੀਸਿਆ, ਫਿਰ ਖੋ ਕੇ ਲੈ ਗਿਆ ਫੋਨ। ਅੱਗੇ ਜਾ ਕੇ ਵਾਹਨ ਨਾਲ ਹੋ ਗਈ ਟੱਕਰ। ਦੱਸ ਦੇ ਕਿ ਇੱਕ ਐਕਟਿਵਾ ਸਵਾਰ ਨਸ਼ੇੜੀ ਨੇ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਤੇ ਕਾਫੀ ਦੂਰ ਤੱਕ ਉਹਨਾਂ ਨੂੰ ਘੜੀਸਦਾ ਹੋਇਆ ਲੈ ਜਾਂਦਾ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨਸ਼ੇੜੀ ਲੁਟੇਰੇ ਦਾ ਕਾਫੀ ਦੂਰ ਤੱਕ ਪਿੱਛਾ ਕੀਤਾ ਤੇ ਅੱਗੇ ਜਾ ਕੇ ਉਸਦੀ ਕਿਸੇ ਵਾਹਨ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਉਹ ਨੀਚੇ ਡਿੱਗ ਪੈਂਦਾ। ਉਹ ਇੰਨਾ ਨਸ਼ੇ ਦੇ ਵਿੱਚ ਸੀ ਕਿ ਸਹੀ ਢੰਗ ਦੇ ਨਾਲ ਖੜਾ ਵੀ ਨਹੀਂ ਹੋ ਪਾ ਰਿਹਾ ਸੀ। ਪੁਲਿਸ ਨੇ ਆਰੋਪੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਸ ਹਾਦਸੇ ਦੇ ਵਿੱਚ ਪੀੜਿਤ ਬਜ਼ੁਰਗ ਮਹਿਲਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੀ ਹੈ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਜਾਂਦਾ ਹੈ। ਅਤੇ ਇਸ ਸੰਬੰਧੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਆਰੋਪੀ ਬਜ਼ੁਰਗ ਮਹਿਲਾ ਨੂੰ ਆਪਣੀ ਐਕਟਿਵਾ ਨਾਲ ਘਸੀਟਦਾ ਹੋਇਆ ਸਾਫ਼ ਨਜ਼ਰ ਆ ਰਿਹਾ। ਸਥਾਨਕ ਲੋਕਾਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਬਦਮਾਸ਼ ਮਹਿਲਾ ਨੂੰ ਆਪਣੀ ਐਕਟਿਵਾ ਨਾਲ ਕਾਫੀ ਦੂਰ ਤੱਕ ਘਸੀਟਦਾ ਲੈ ਜਾਂਦਾ ਤੇ ਬਦਮਾਸ਼ ਨੇ ਮਹਿਲਾ ਦਾ ਮੋਬਾਈਲ ਖੋਇਆ ਸੀ ਤੇ ਲੋਕਾਂ ਨੇ ਉਸਦਾ ਪਿੱਛਾ ਕੀਤਾ ਅਤੇ ਪੀੜਿਤ ਮਹਿਲਾ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਅਤੇ ਬਜ਼ੁਰਗ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਬਦਮਾਸ਼ ਕਿਸੇ ਵਾਹਨ ਦੇ ਨਾਲ ਟਕਰਾ ਕੇ ਡਿੱਗ ਪੈਂਦਾ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਆਰੋਪੀ ਨਸ਼ੇ ਦੀ ਹਾਲਤ ਦੇ ਵਿੱਚ ਦਿਖਾਈ ਦੇ ਰਿਹਾ ਸੀ, ਜਿਸ ਨੂੰ ਬਾਅਦ ਦੇ ਵਿੱਚ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਮੈਂ ਕੁਆਲਿਟੀ ਚੌਂਕ ਤੋਂ ਦੇਖਦੇ ਆ ਰਿਹਾ ਸੀ ਐਕਟਿਵਾ ਤੇ, ਬਹੁਤ ਸਪੀਡ ਤੇ ਐਕਟਿਵਾ ਜਾ ਰਹੀ ਸੀ, ਪਿੱਛੇ ਇੱਕ ਲੇਡੀ ਸੀ, ਮਤਲਬ ਉਹਦੇ ਬਾਲ ਲਪੇਟੇ ਸੀ ਨਾ ਪਿਛਲੇ ਟਾਇਰ ਨਾਲ, ਉਹ ਘਨੀਸਦਾ ਬੰਦੇ ਨੂੰ ਅਸੀਂ ਉਹਨੂੰ ਚੇਸ ਕਰਦੇ ਆ ਰਹੇ, ਬੰਦੇ ਨੂੰ ਪਿੱਛੋਂ ਆਵਾਜ਼ਾਂ ਮਾਰਦੇ ਨੇ, ਬਿਲਕੁਲ ਨਸ਼ੇ 'ਚ ਸੀ, ਉਹ ਫੋਨ ਸ਼ਾਇਦ ਖੋ ਕੇ ਆ ਰਹੇ ਸੀ ਉਹਦਾ, ਉਹ ਇੱਥੇ ਜਾ ਕੇ ਰੁਕ ਗਿਆ, ਇੱਥੇ ਜਾ ਕੇ ਫਸਿਆ ਉਹ ਮੁੰਡਾ, ਮਤਲਬ 1.5-2 ਕਿਲੋਮੀਟਰ ਦਾ ਪਿੱਛੋਂ ਘੜੀਸਦਾ ਲੈ ਕੇ ਆ ਰਹੇ ਲੇਡੀਜ਼ ਨੂੰ। ਉਹ ਬਜ਼ੁਰਗ ਹੈਗੀ ਆ, ਸ਼ਾਇਦ ਲੋਕਾਂ ਦੇ ਘਰ 'ਚ ਕੰਮ ਕਰਦੀ, ਬਹੁਤ ਬੁਰੀ ਹਾਲਤ ਆ ਉਹਦੀ, ਇੱਕਦਮ 80-90 ਦੀ ਸਪੀਡ ਤੇ ਬਿਲਕੁਲ ਰਸ਼ 'ਚ ਘੜੀਸਦਾ ਲੈ ਕੇ ਜਾ ਰਹੇ ਉਹਨੂੰ ਲੇਡੀਜ਼ ਨੂੰ। ਹਾਂ, ਫੋਨ ਖੋ ਰਿਹਾ ਸੀ ਉਹਦਾ, ਫੋਨ ਪੂਰਾ ਟੁੱਟ ਗਿਆ, ਫੋਨ ਖੋ ਰਿਹਾ ਸੀ ਉਹਦਾ। ਹਾਂ, ਫੋਨ ਆ ਰਿਹਾ ਸੀ, ਮੈਂ ਮੈਨੂੰ ਇੰਨਾ ਨਹੀਂ ਪਤਾ, ਬਸ ਮੈਂ ਨਹਿਰ ਤੋਂ ਉਹਨੂੰ ਚੇਸ ਨਹਿਰ ਤੋਂ ਪਿੱਛੇ ਥੋੜ੍ਹੀ ਪਿੱਛੇ ਤੋਂ ਉਹ ਘੜੀਸ ਜਾ ਰਿਹਾ ਸੀ, ਕੁਆਲਿਟੀ ਚੌਂਕ ਮੇਰੀ ਦੁਕਾਨ, ਉੱਥੋਂ ਦੀ ਮੈਂ ਦੇਖਿਆ ਉਹਨੂੰ। ਨਹੀਂ, ਉਹ ਐਕਟਿਵਾ ਦਾ ਸੀ, ਐਕਟਿਵਾ ਨੰਬਰ ਵੀ ਹੈਗਾ ਵਾ। ਉਹ ਇਕੱਲਾ ਬੰਦਾ ਸੀ, ਸਿੰਗਲ ਬੰਦਾ ਸੀ, ਨਸ਼ੇੜੀ ਜਿਹਾ ਲੱਗ ਰਿਹਾ ਸੀ। ਹਾਂ, ਇਕੱਲਾ ਹੀ ਸੀਗਾ, ਕੈਬ ਪੂਰੀ ਹੁੱਡ ਪਈ ਹੋਈ ਸੀ। ਹਾਂ, ਹੁੱਡ ਪਈ ਹੁਣ ਥੋੜ੍ਹਾ ਠੀਕ ਹੈ, ਮੈਂ ਸਿਵਲ ਲੈ ਕੇ ਜਾ ਰਿਹਾ, ਸੋਲ ਭਾਈ ਨੇ ਦਵਾਈ ਦਵੂਈ ਕੀਤੀ ਹੈ, ਪਰ ਉਹਨੂੰ ਸਿਵਲ ਲੈ ਕੇ ਜਾਣਾ ਪੈਣਾ ਸਰ। ਹਾਂ, ਫਸਟ ਏਡ ਦੇ ਦਿੱਤੀ ਆ, ਆਏ ਸੀ ਪੁਲਿਸ ਵਾਲੇ, ਦੇਖ ਕੇ ਚਲੇ ਗਏ ਨੇ। ਸ਼ਿਮਲਾ ਬੁਰੀ ਐਕਚੁਲੀ ਆਹ ਜੋ ਏਰੀਆ ਨੇ, ਇਸ ਟਾਈਮ ਬੜਾ ਬੁਰਾ ਹਾਲ ਹੋ ਚੁੱਕਾ, ਦੁਕਾਨਾਂ ਤੇ ਚੋਰੀ ਹੋ ਰਹੀ ਨਾਰਮਲ, ਸਾਡੀ ਆਪ ਸ਼ੋਪ ਤੇ 2 ਵਾਰੀ ਚੋਰ ਹੋ ਚੁੱਕੇ, ਕੋਈ ਉਹ ਲੇਡੀਜ਼ ਨੂੰ ਰੇਡੇ ਤੇ ਪਾਤਾ, 1-2 ਬੰਦਿਆਂ ਨੇ ਸਾਥ ਦਿੱਤਾ ਤੇ ਭਾਈ ਨੇ ਸਾਥ ਦਿੱਤਾ, ਨਹੀਂ ਤਾਂ ਲੇਡੀਜ਼ ਨੂੰ ਰੇਡੇ 'ਚ ਛੱਡਤਾ ਉਹਨਾਂ ਨੇ। ਨਹੀਂ, ਮੈਂ ਤਾਂ ਚੇਸ ਕਰ, ਮੇਰਾ ਕੰਮ ਸੀ ਜਿੰਨਾ ਕੁ ਮੈਂ ਹਿਊਮੈਨਿਟੀ ਕਰਤਾ, ਮਤਲਬ ਕਾਫੀ ਬੰਦਿਆਂ ਸਾਥ ਦਿੱਤਾ, ਰੋਕਿਆ, ਪਰ ਉਹ ਬੰਦਾ ਫੜਿਆ ਨਹੀਂ ਗਿਆ। ਜੇ ਕੋਈ ਪਿੱਛੋਂ ਦੀ ਉਹਨੂੰ ਕੋਈ ਰੋਕਦਾ, ਸ਼ਾਇਦ ਇੰਨੀ ਦੂਰ ਆਉਂਦੀ ਵੀ ਨਾ ਉਹਨੂੰ ਘੜੀਸਦਾ ਨਹੀਂ। ਵੀਰੇ, ਅਸੀਂ ਨਾ ਇੱਧਰੋਂ ਮਠਾੜੇ ਚੌਂਕ ਤੋਂ ਨਾ ਉੱਧਰ ਜਾ ਰਹੇ ਕੁਆਲਿਟੀ ਚੌਂਕ ਨਹੀਂ, ਤੇ ਕੇਕੇ ਦੇ ਕੋਲੋਂ ਨਾ ਇੱਕ ਮੁੰਡਾ ਐਕਟਿਵਾ ਦੇ ਪਿੱਛੇ ਆਂਟੀ, ਪਤਾ ਨਹੀਂ ਉਹਨੇ ਕੋਈ ਆਂਟੀ ਨੇ ਐਕਟਿਵਾ ਫੜੀ ਸੀ, ਪਤਾ ਨਹੀਂ ਕੀ ਹੋਇਆ ਸੀਗਾ, ਬੜੀ ਸਪੀਡ ਨਾਲ ਆਇਆ ਉੱਥੋਂ, ਜਦੋਂ ਯੂਟਰਨ ਮਾਰਿਆ ਵਿੱਚ ਫਸੀ ਹੋਈ ਸੀ, ਪਤਾ ਨਹੀਂ ਆਂਟੀ ਨੇ ਐਕਟਿਵਾ ਫੜੀ ਹੋਈ ਸੀਗੀ, ਅਸੀਂ ਸਾਰੇ ਫਟਾਫਟ ਭੱਜੇ ਭੱਜੇ ਆਏ ਆ, ਠੀਕ ਹੈ, ਐਕਟਿਵਾ ਮੋਟਰਸਾਈਕਲ ਸੀਗਾ ਮੇਰੇ ਕੋਲ, ਮੋਟਰਸਾਈਕਲ ਯੂਟਰਨ ਮਾਰ ਕੇ ਵਾਪਸ ਆਏ, ਜੋ ਇੱਥੇ ਮਠਾੜ 'ਚੋਂ ਪਹੁੰਚਿਆ ਸੀ, ਜੋ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਆਂਟੀ ਦੇ ਪੂਰੇ ਸੱਟਾਂ ਵੱਜੀਆਂ, ਛਿੱਲੇ ਹੋਏ ਪੂਰੇ। ਉਹ ਮੁੰਡਾ ਕਹਿ ਰਿਹਾ ਕਿ ਫੋਨ ਖੋਇਆ ਸੀ, ਕੋਈ ਕਹਿੰਦਾ ਉਹਨੇ ਜਿਹੜਾ ਆਂਟੀ ਜਿਹੜਾ ਕੰਮ ਡਿਊਟੀ ਆ, ਜਿਹੜਾ ਆਪਣਾ ਬੈਗ ਪਾਇਆ ਸੀਗਾ, ਹਾਂਜੀ, ਉਹ ਕਿਤੇ ਲੁੱਟ ਕੀਤੀ ਕਹਿੰਦੇ ਉਹਨੇ, ਤੇ ਇੱਕ ਮੁੰਡੇ 2-3 ਮੁੰਡੇ ਪਿੱਛੇ ਗਏ ਉਹਦੇ ਮਗਰ ਇੱਕ ਮੁੰਡੇ ਨੂੰ। ਵੀਰੇ, ਸਾਨੂੰ ਤਾਂ ਅਸੀਂ ਤਾਂ ਇਹੀ ਕਹਿੰਦੇ ਹਾਂ, ਜਿਹੜੇ ਬੰਦੇ ਚੋਰੀ ਚਕਾਰੀ ਕਰਦੇ ਆ ਨਾ,
ਜੋ ਸਰਕਾਰ ਕਹਿੰਦੀ ਹੈ ਨਾ ਐਕਸ਼ਨ ਲੈਣਾ ਚਾਹੀਦਾ, ਪਰ ਸਰਕਾਰ ਐਕਸ਼ਨ ਲੈਂਦੀ ਨਹੀਂ ਹੈਗੀ, ਲੈ ਕੇ ਛੱਡ ਦਿੰਦੀ ਹੈ, ਪੈਸੇ ਦਿੱਤੇ ਛੱਡ ਤੇ। ਇਸ ਤੋਂ ਇਹੋ ਜਿਹੇ ਲੋਕਾਂ ਨੂੰ ਓਨ ਦੀ ਸਪੋਰਟ ਸਜ਼ਾ ਦੇਣੀ ਚਾਹੀਦੀ ਇਹਨਾਂ ਨੂੰ।